ਆਹ ਟੈਂਕੀਆਂ ਜਿਹੀਆਂ ਇਹ ਕੀ ਚੀਜ਼ ਹੁੰਦੀ ਹੈ? ਇਹਦੇ 'ਚ ਕੀ ਹੈ, ਜਿਵੇਂ ਆਪਾਂ ਦੁੱਧ ਸਟੋਰੇਜ ਕਰ ਲੈਂਦੇ ਹਾਂ, ਜਿਵੇਂ ਹੁਣ ਇਹਦੇ ਸਵੇਰੇ ਵਾਲੀ ਕਲੈਕਸ਼ਨ ਸਾਰੀ ਸਟੋਰੇਜ ਕਰੀ ਹੋਈ ਹੈ, ਹੈ ਨਾ। ਇਹਦੇ 'ਚ ਕੀ ਹੈ, ਦੁੱਧ ਖਰਾਬ ਨਹੀਂ ਹੁੰਦਾ ਗਾ, ਇਹ ਠੰਡਾ ਰਹਿੰਦਾ, ਲਾਈਟ ਨਾਲ ਕਨੈਕਟ, ਠੰਡਾ ਰਹਿੰਦਾ, ਲਾਈਟ ਨਾਲ ਕੰਟੈਕਟ ਆ। ਹੁਣ ਇਹ 4 ਡਿਗਰੀ 'ਤੇ ਹੋ ਗਿਆ ਹੋਊਗਾ, ਠੀਕ ਹੈ। ਦਿਖਾ ਦਿਓ ਪਿੱਛੇ ਮੀਟਰ ਹੈਗਾ, ਜਿਵੇਂ 4 ਡਿਗਰੀ 'ਤੇ ਜਾ ਕੇ ਇਹ ਮਤਲਬ ਬੰਦ ਹੋ ਜਾਂਦਾ ਆਪਣੇ ਆਪ। ਅੱਛਾ, ਆਹ ਮੀਟਰ ਹਾਂ, 4 ਡਿਗਰੀ 4-5 ਡਿਗਰੀ 'ਤੇ ਹੋ ਕੇ ਬੰਦ ਹੋ ਕੇ, ਮਤਲਬ ਹੁਣ ਇਹ 4 ਡਿਗਰੀ 'ਤੇ ਰਹੂਗਾ, ਜਦੋਂ 6-7 'ਤੇ ਦੁਬਾਰਾ ਆ ਗਿਆ ਤਾਂ ਇਹਨੇ ਦੁਬਾਰਾ ਚੱਲ ਪੈਣਾ, ਅਤੇ ਫਿਰ 4 ਡਿਗਰੀ 'ਤੇ ਆਟੋਮੈਟਿਕ ਹੈ ਇਹ। ਅਤੇ ਬਾਈ ਆਪਾਂ ਹੁਣ ਇਹ ਗੱਲ ਤਾਂ ਕਰ ਲਈ ਹੈ ਨਾ ਵੀ ਇਹ ਚੀਜ਼ ਹੈ ਜਿਹੜੀ, ਇਹ ਆਪਾਂ ਆਪਦੀ ਸਪਲਾਈ ਹੈ, ਆਪਾਂ ਆਪ ਸਪਲਾਈ ਕਰਨਾ, ਆਪਣਾ ਦੁੱਧ ਜੇ ਆਪਾਂ ਆਪ ਸੇਲ ਕਰਦੇ ਹਾਂ ਨਾ, ਉਹ 'ਚ ਕੋਈ 2 ਰੁਪਏ ਆਪਾਂ ਨੂੰ ਬੱਚਤ ਜ਼ਿਆਦਾ ਵਾਲਾ ਹੈਗਾ ਟੈਂਕ, ਅਤੇ ATM ਨਾਲ ਮਤਲਬ ਦੁੱਧ ਨਿਕਲਦਾ ਵੀ। ਮਿਲਕ ATM ਹੋ ਗਿਆ ਹੈ ਨਾ। ਹਾਂ, ਮਿਲਕ ATM ਵੀ ਆਪਣਾ ਸਪਲਾਈ ਦਾ ਕੰਮ ਹੁਣ ਇਹ ਆਪਣਾ ਆਪਦਾ ਹੋ ਗਿਆ। ਹਾਂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ? ਅਤੇ ਆਪਾਂ ਅੱਜ ਪਹੁੰਚੇ ਹਾਂ ਜੀ ਸ਼੍ਰੀ ਗੁਰੂ ਨਾਨਕ ਡੇਅਰੀ ਫਾਰਮ ਦੇ ਵਿੱਚ। ਆਪਾਂ ਇਸ ਫਾਰਮ ਦੇ ਵਿੱਚ ਪਹਿਲਾਂ ਵੀ ਆਏ ਸੀਗੇ। ਇਹ ਜਿਹੜਾ ਡੇਅਰੀ ਫਾਰਮ ਹੈ, ਮਾਸਟਰ ਕੁਲਦੀਪ ਸਿੰਘ ਜੀ ਦਾ। ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਇੱਕ ਮਾਸਟਰ ਨੇ ਡੇਅਰੀ ਫਾਰਮ ਕਿਵੇਂ ਖੋਲ੍ਹਿਆ, ਹੈ ਨਾ। ਉਹਨਾਂ ਨੇ ਆਪਦੀ ਕਹਾਣੀ ਦੱਸੀ ਸੀਗੀ ਵੀ ਆਪਣੇ ਕੋਲ 1 ਓੜਾ ਵੀ ਜ਼ਮੀਨ ਦਾ ਹੈ ਨਹੀਂ ਸੀ, ਫਿਰ ਵੀ ਆਪਾਂ ਡੇਅਰੀ ਫਾਰਮ ਖੋਲ੍ਹਿਆ। 1 ਗਾਂ ਤੋਂ ਸ਼ੁਰੂ ਕਰਕੇ 20,000 ਦੀ ਸ਼ਾਇਦ ਗਾਂ ਲਈ ਸੀ। ਉਹ ਵੀਡੀਓ ਤੁਸੀਂ ਆਪਣੇ ਚੈਨਲ 'ਤੇ ਜਾ ਕੇ ਦੇਖ ਸਕਦੇ ਹਾਂ। ਅਤੇ ਅੱਜ ਸੁੱਖ ਨਾਲ 10-11 ਗਾਈਆਂ ਬਾਈ ਜੀ ਹੋਰਾਂ ਦੇ ਕੋਲ ਹੈਗੀਆਂ, 10-11 ਗਾਈਆਂ ਦਾ ਡੇਅਰੀ ਫਾਰਮ ਹੈ। ਅਤੇ ਉਸੇ ਸਟੈਪ ਤੋਂ ਅੱਗੇ ਵੱਧਦੇ ਹੋਏ ਬਾਈ ਨੇ ਆਪਣਾ ਖੁਦ ਦਾ ਮਿਲਕ ਪਲਾਂਟ ਖੋਲ੍ਹਿਆ, ਅਤੇ ਸਪਲਾਈ ਹੈ ਜਿਹੜੀ ਉਹ ਆਪ ਕਰਦੇ ਆ। ਅਤੇ ਆਪਾਂ ਬਾਈ ਜੀ ਹੋਰਾਂ ਤੋਂ ਜਾਣਾਂਗੇ ਅੱਜ ਵੀ ਇਹ ਜਿਹੜਾ ਮਿਲਕ ਪਲਾਂਟ ਹੈ, ਇਹ ਕਿਵੇਂ ਖੁੱਲ੍ਹਦਾ, ਹੈ ਨਾ, ਇਹਦਾ ਕਿੰਨਾ ਖਰਚਾ ਆ ਜਾਂਦਾ, ਅਤੇ ਜਿਹੜੇ ਆਪਣੇ ਡੇਅਰੀ ਫਾਰਮਰ ਹੈ ਉਹਨਾਂ ਨੂੰ ਜਿਹੜੀ ਆਪਦੀ ਸਪਲਾਈ ਹੈ ਉਹਦਾ ਬੈਨੀਫਿਟ ਕਿੰਨਾ ਕੁ ਹੋ ਜਾਂਦਾ। ਇਹ ਸਾਰੀਆਂ ਗੱਲਾਂ, ਸਾਰੇ ਡਾਊਟ ਆ ਜਿਹੜੇ, ਇਹ ਸਾਰੇ ਤੁਹਾਡੇ ਦੂਰ ਹੋ ਜਾਣੇ ਅੱਜ ਵਾਲੀ ਵੀਡੀਓ ਦੇ ਵਿੱਚ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਬਾਕੀ ਬਾਈ ਜੀ ਹੋਰਾਂ ਦੀ ਪਹਿਲਾਂ ਵਾਲੀ ਵੀਡੀਓ ਵੀ ਆਪਣੇ ਚੈਨਲ 'ਤੇ ਪਈ ਹੈ, ਜਿਹਦੇ ਵਿੱਚ ਆਪਾਂ ਤੁਹਾਨੂੰ ਬਾਈ ਦੀ ਸਾਰੀ ਕਹਾਣੀ ਦੱਸੀ ਸੀਗੀ ਵੀ ਕਿਵੇਂ ਉਹਨਾਂ ਨੇ ਡੇਅਰੀ ਫਾਰਮ ਖੋਲ੍ਹਿਆ ਸੀ। ਅਤੇ ਅੱਜ ਤੁਸੀਂ ਤਰੱਕੀ ਦੇਖ ਸਕਦੇ ਹੋ ਵੀ ਪਹਿਲਾਂ ਸਿਰਫ ਡੇਅਰੀ ਫਾਰਮ ਖੋਲ੍ਹਿਆ ਸੀ, ਅੱਜ ਬਾਈ ਜੀ ਹੋਰਾਂ ਨੇ ਆਪਦਾ ਮਿਲਕ ਪਲਾਂਟ ਲਾ ਲਿਆ ਅਤੇ ਸਪਲਾਈ ਆਪ ਕਰਦੇ ਆ। ਅਤੇ ਹੁਣ ਤੁਸੀਂ ਦੇਖੋਗੇ ਵੀ ਇਹਦੇ ਵਿੱਚ ਕਿੰਨਾ ਖਰਚਾ ਆ ਗਿਆ, ਕੀ ਇਹਦੀ ਪ੍ਰੋਸੈਸ ਹੈ ਕਰਨ ਦੀ, ਹੈ ਨਾ। ਅਤੇ ਪ੍ਰੋਡਕਟ ਵੀ ਬਾਈ ਆਪਦੇ ਬਣਾਇਆ ਕਰਨਗੇ ਹੁਣ, ਜਿਵੇਂ ਕਿ ਪਨੀਰ ਹੋ ਗਿਆ, ਦਹੀਂ ਹੋ ਗਈ, ਹੈ ਨਾ, ਆਈਸਕ੍ਰੀਮ ਵਗੈਰਾ, ਇਹ ਸਾਰੇ ਪ੍ਰੋਡਕਟ ਇੱਥੋਂ ਸੈੱਲ ਕਰਿਆ ਕਰਨਗੇ। ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ, ਵਧੀਆ ਲੱਗੀ ਨੂੰ ਸ਼ੇਅਰ ਜ਼ਰੂਰ ਕਰਿਓ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਅਤੇ ਆਪਾਂ ਹੁਣ ਗੱਲਬਾਤ ਕਰਦੇ ਹਾਂ ਬਾਈ ਜੀ। ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਆਪਾਂ ਸ਼੍ਰੀ ਗੁਰੂ ਨਾਨਕ ਡੇਅਰੀ ਫਾਰਮ ਦੇ ਵਿੱਚ ਪਹੁੰਚੇ ਹਾਂ, ਅਤੇ ਇਹ ਡੇਅਰੀ ਫਾਰਮ ਕਿਵੇਂ ਬਣਿਆ ਸੀ, ਹੈ ਨਾ, ਆਪਾਂ ਪਹਿਲਾਂ ਵੀਡੀਓ ਪਾਈ ਸੀਗੀ। ਹਾਂਜੀ, ਵੀ ਮਾਸਟਰ ਜੀ ਦਾ ਡੇਅਰੀ ਫਾਰਮ ਹੈ ਇਹ, ਅਤੇ ਉਹਨਾਂ ਕੋਲ ਜ਼ਮੀਨ ਵੀ ਹੈ ਨਹੀਂ ਸੀ, ਫਿਰ ਵੀ ਉਹਨਾਂ ਨੇ ਡੇਅਰੀ ਫਾਰਮ ਖੋਲ੍ਹਿਆ। ਹਾਂਜੀ, ਅਤੇ ਸਕਸੈਸਫੁਲ ਵੀ ਹੋਏ। ਬਿਲਕੁਲ ਬਿਲਕੁਲ। ਅਤੇ ਹੁਣ ਇਹ ਆਪਣਾ ਅਗਲਾ ਸਟੈਪ ਆ, ਹੈ ਨਾ, ਗਾਂਹ ਬਣਿਆ ਵੀ ਇਹ। ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਇਹ ਚੀਜ਼ ਕੀ, ਇਹਨੂੰ ਕਹਿੰਦੇ ਕੀ ਹੈ? ਇਹ ਆਪਾਂ ਇੱਕ ਪਿਛਲੀ ਵੀਡੀਓ 'ਚ ਆਪਾਂ ਗੱਲ ਵੀ ਕਰੀ ਸੀ ਵੀ ਆਪਾਂ ਪ੍ਰੋਡਕਟ ਲੈ ਕੇ ਆ ਰਹੇ ਹਾਂ, ਹੈ ਨਾ। ਹਾਂ ਹਾਂ, ਉਦੋਂ ਥੋੜ੍ਹੀ ਸਾਡੀ ਗੱਲਬਾਤ ਚੱਲੀ ਜਾਂਦੀ ਸੀਗੀ ਅਤੇ ਵੀ ਆਪਾਂ ਸ਼ੁਰੂ ਕਰ ਰਹੇ ਹਾਂ ਇਹ, ਮਤਲਬ ਵੀ BMC 500 ਲੀਟਰ ਦੀ, 200 ਲੀਟਰ ਦੀ ਡੀ ਫਰਿੱਜ ਹੋ ਗਈ, ਹੈ ਨਾ। ਅਤੇ ਇਹਦੇ ਕੀ ਆਪਾਂ ਸਪਲਾਈ ਦਾ ਕੰਮ ਜਿਵੇਂ ਕਰ ਲਿਆ ਆਪ, ਪਾਰਟਨਰਸ਼ਿਪ 'ਚ ਕਰ ਲਿਆ ਸਪਲਾਈ ਦਾ ਕੰਮ ਆਪਾਂ ਹੁਣ ਆਪ ਕਰ ਲਿਆ, ਕਿਸੇ ਡੇਅਰੀ ਨੂੰ ਨਹੀਂ ਦੁੱਧ, ਡੇਅਰੀ ਨੂੰ ਨਹੀਂ ਦਿੰਦੇ ਕਿ ਡੇਅਰੀਆਂ 'ਚ ਕੀ ਹੈ, ਕਦੇ ਵੱਧ ਗਿਆ ਕਦੇ ਘੱਟ ਗਿਆ, ਜੇ ਤਾਂ ਦੁੱਧ ਜ਼ਿਆਦਾ ਰੇਟ ਘਟਾ ਦਿੰਦੇ ਆ, ਠੀਕ ਹੈ। ਅਤੇ ਮੰਨ ਲਓ ਬਾਕੀ ਖਰਾਬ ਬਹੁਤ ਕਰਦੇ ਆ ਕੰਮ, ਮੰਨ ਲਓ ਕਦੇ ਫੈਂਟ ਵੱਧ ਗਈ ਕਦੇ ਘੱਟ ਗਈ ਵੀ। ਹੁਣ ਜਿਹੜਾ ਆਪਣਾ ਦੁੱਧ ਜੇ ਆਪਾਂ ਆਪ ਸੇਲ ਕਰਦੇ ਹਾਂ ਨਾ, ਉਹ 'ਚ ਕੋਈ 2 ਰੁਪਏ ਆਪਾਂ ਨੂੰ ਬੱਚਤ ਜ਼ਿਆਦਾ ਜਾਂਦੇ ਆ, ਹੈ ਨਾ। ਅਤੇ ਉਸ ਚੱਕਰਾਂ 'ਚ ਹੁਣ ਅਸੀਂ ਸਪਲਾਈ ਦਾ ਕੰਮ, ਜਿਵੇਂ ਕੈਂਟ ਆਪਣੇ ਨੇੜੇ ਆ, 4-5 ਕਿਲੋਮੀਟਰ 'ਤੇ ਕੈਂਟ ਹੈ, ਅਤੇ ਉੱਥੇ ਕਰਿਆ ਸਪਲਾਈ ਦਾ ਕੰਮ, ਅਤੇ ਉੱਥੇ ਲੈ ਕੇ ਜਾਂਦੇ ਡੇਲੀ। ATM ਸਿਸਟਮ ਵਾਲਾ ਹੈਗਾ ਟੈਂਕ, ਅਤੇ ATM ਨਾਲ ਮਤਲਬ ਦੁੱਧ ਨਿਕਲਦਾ ਵੀ। ਮਿਲਕ ATM ਹੋ ਗਿਆ, ਹੈ ਨਾ। ਹਾਂ, ਮਿਲਕ ATM ਵੀ ਆਪਣਾ ਸਪਲਾਈ ਦਾ ਕੰਮ ਹੁਣ ਇਹ ਆਪਣਾ ਆਪਦਾ ਹੋ ਗਿਆ। ਹਾਂ, ਅਤੇ ਬਾਈ ਆਪਾਂ ਹੁਣ ਇਹ ਗੱਲ ਤਾਂ ਕਰ ਲਈ, ਹੈ ਨਾ, ਵੀ ਇਹ ਚੀਜ਼ ਹੈ ਜਿਹੜੀ, ਇਹ ਆਪਾਂ ਆਪਦੀ ਸਪਲਾਈ ਹੈ, ਆਪਾਂ ਆਪ ਸਪਲਾਈ ਕਰਨ ਲੱਗ ਗਏ ਦੁੱਧ। ਬਿਲਕੁਲ। ਅਤੇ ਇਹਦੇ ਵਾਸਤੇ ਤੁਹਾਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ, ਪਹਿਲੀ ਗੱਲ ਤਾਂ। ਬਾਈ ਜੀ ਵਧਾਈਆਂ, ਧੰਨਵਾਦ ਤੁਹਾਡਾ। ਅਤੇ ਜਿਹੜਾ ਹੁਣ ਇਹ ਜਿਹੜੇ ਆਪਣੇ ਆਹ ਟੈਂਕੀਆਂ ਜਿਹੀਆਂ, ਇਹ ਕੀ ਚੀਜ਼ ਹੁੰਦੀ ਹੈ? ਇਹਦੇ 'ਚ ਕੀ ਹੈ, ਜਿਵੇਂ ਆਪਾਂ ਦੁੱਧ ਦੀ ਸਟੋਰੇਜ ਕਰ ਲੈਂਦੇ, ਜਿਵੇਂ ਹੁਣ ਇਹਦੇ ਸਵੇਰੇ ਵਾਲੀ ਕਲੈਕਸ਼ਨ ਸਾਰੀ ਸਟੋਰੇਜ ਕਰੀ ਹੋਈ ਹੈ, ਹੈ ਨਾ। ਇਹਦੇ 'ਚ ਕੀ ਹੈ, ਦੁੱਧ ਖਰਾਬ ਨਹੀਂ ਹੁੰਦਾ ਗਾ, ਇਹ ਠੰਡਾ ਰਹਿੰਦਾ, ਲਾਈਟ ਨਾਲ ਕਨੈਕਟ, ਠੰਡਾ ਰਹਿੰਦਾ, ਲਾਈਟ ਨਾਲ ਕੰਟੈਕਟ ਆ। ਹੁਣ ਇਹ 4 ਡਿਗਰੀ 'ਤੇ ਹੋ ਗਿਆ ਹੋਊਗਾ, ਠੀਕ ਹੈ। ਦਿਖਾ ਦਿਓ ਪਿੱਛੇ ਮੀਟਰ ਹੈਗਾ।
ਜਿਵੇਂ 4 ਡਿਗਰੀ ਤੇ ਜਾ ਕੇ ਇਹ ਮਤਲਬ ਬੰਦ ਹੋ ਜਾਂਦਾ ਆਪਣੇ ਆਪ। ਅੱਛਾ ਆਹ ਮੀਟਰ ਆ 4 ਡਿਗਰੀ 4-5 ਡਿਗਰੀ ਤੇ ਹੋ ਕੇ ਬੰਦ ਹੋ ਕੇ ਮਤਲਬ ਹੁਣ ਇਹ 4 ਡਿਗਰੀ ਤੇ ਰਹੂਗਾ, ਜਦੋਂ 6-7 ਤੇ ਦੁਬਾਰਾ ਆ ਗਿਆ ਤੇ ਇਹਨੇ ਦੁਬਾਰਾ ਚੱਲ ਪੈਣਾ ਤੇ ਫਿਰ 4 ਡਿਗਰੀ ਤੇ ਲੈ। ਆਟੋਮੈਟਿਕ ਹੈ ਇਹ? ਆਟੋਮੈਟਿਕ ਹੈ। ਇਹਦੇ 'ਚ ਕੀ ਹੈ, ਦੁੱਧ ਹੁਣ ਸਵੇਰ ਦੀ ਕਲੈਕਸ਼ਨ ਇਕੱਠੀ ਹੋਈ ਕਰੀ, ਇਹਦੇ ਵਿੱਚ ਤਾਜ਼ੇ ਦਾ ਤਾਜ਼ਾ ਦੁੱਧ ਹੀ ਰਹਿਣਾ, ਦੁੱਧ ਤਾਜ਼ਾ ਰਹੂਗਾ। ਹੁਣ 4 ਡਿਗਰੀ ਤੇ ਰੱਖਣਾ। ਜੇ ਤਾਂ ਆਪਾਂ ਥੋੜ੍ਹਾ ਦੁੱਧ ਸਪਲਾਈ ਕਰਨਾ ਹੋਵੇ ਤਾਂ ਚਲੋ ਉਦੋਂ ਚੋ ਕੇ ਤੇ ਹੱਥੋਂ ਹੱਥ ਕਰਦੇ। ਹੁਣ ਆਪਣੇ ਕੋਲ 3-4 ਲੀਟਰ ਦੀ ਸਪਲਾਈ, 300 ਲੀਟਰ ਦੀ ਸਪਲਾਈ ਹੈ। ਠੀਕ ਹੈ ਜੀ, ਡੇਲੀ ਦੀ ਇੱਕ ਕਲੈਕਸ਼ਨ ਦੀ, ਉਹਨੂੰ ਹੁਣ ਵੰਡਣ 'ਤੇ 3-4 ਘੰਟੇ ਲੱਗ ਜਾਂਦੇ ਆ। ਅਤੇ ਜੇ ਆਪਾਂ 10 ਵਜੇ ਇੱਥੋਂ 6-7 ਵਜੇ ਲੈ ਕੇ ਜਾਵਾਂਗੇ ਤਾਂ 4 ਘੰਟਿਆਂ 'ਚ ਲਓ 11-12 ਵੱਜ ਜਾਣਗੇ। ਫਿਰ ਇਹਨੂੰ ਕੀ ਕਰਦੇ, ਹੁਣ ਸ਼ਾਮ ਨੂੰ ਲੈ ਕੇ ਜਾਵਾਂਗੇ ਇਸ ਕਲੈਕਸ਼ਨ ਨੂੰ, ਅਤੇ ਸ਼ਾਮ ਨੂੰ ਮਤਲਬ ਇਸ 4 ਵਜੇ ਨਿਕਲਦਾ ਅਤੇ ਫਿਰ 8-9 ਵਜੇ ਘਰ ਬੰਦਾ ਆਉਂਦਾ ਵਾਪਸ। ਅਤੇ ਇਹਦੇ 'ਚ ਕੀ ਦੁੱਧ ਪਿਆ ਰਹਿੰਦਾ ਸ਼ੁੱਧ? ਆਪਣੇ ਘਰੇ ਮਸ਼ੀਨਾਂ ਨਾਲ ਚੋਣੇ, ਠੀਕ ਹੈ। ਉਸ ਤੋਂ ਬਾਅਦ ਇੱਥੇ ਵੀ ਪੁਣ ਪੁਣ ਕੇ ਵਧੀਆ ਸ਼ੁੱਧ ਹੀ ਰੱਖੀਦਾ ਦੁੱਧ ਨੂੰ, ਮਤਲਬ ਬਹੁਤ ਸ਼ੁੱਧ ਹੈ। ਇਹ 500 ਲੀਟਰ ਦਾ ਟੈਂਕ ਹੈ, ਇਹ 200 ਲੀਟਰ ਦਾ ਟੈਂਕ ਹੈ। ਕੰਮ ਇਹਨਾਂ ਦਾ ਸੇਮ ਹੀ ਕੰਮ ਹੈ ਦੋਵਾਂ ਦਾ। ਆਪਣੇ ਕੋਲ 700 ਲੀਟਰ ਦਾ ਪੂਰਾ ਕਲੈਕਸ਼ਨ ਕਰ ਸਕਦੇ ਹਾਂ, ਇੱਕ ਕਲੈਕਸ਼ਨ ਵੀ 700 ਲੀਟਰ ਤੱਕ ਆਪਾਂ ਰੱਖ ਸਕਦੇ ਹਾਂ। ਠੀਕ ਹੈ ਜੀ। ਅਤੇ ਇੱਕ ਇੱਧਰ ਡੀਪ ਫ੍ਰਿਜ ਹੈ, ਜਿਵੇਂ ਇਹਦੇ ਵਿੱਚ ਪਨੀਰ ਹੈ, ਦਹੀਂ ਹੈ, ਅਤੇ ਜਿਵੇਂ ਕੋਈ ਜਿਵੇਂ ਪਨੀਰ ਦੇ ਨਾਲ ਜਿਵੇਂ ਮਟਰ ਪਨੀਰ ਚੱਲਦੇ ਹੈ, ਮਟਰ ਲਿਆ ਕੇ ਆ ਦੇਖੋ ਪੈਕਿੰਗ ਬਣਾ ਬਣਾ ਕੇ ਰੱਖ ਛੱਡੀ ਹੈ, ਮਤਲਬ ਵੀ ਇਹ ਸਪਲਾਈ 'ਚ ਉੱਠ ਜਾਂਦਾ ਹੈ। ਇਹ ਤਾਂ ਆਪਾਂ ਨੂੰ 2 ਰੁਪਏ ਇਹ 'ਚ ਮਤਲਬ ਵੀ ਬਚ ਜਾਂਦੇ ਆ। ਨਹੀਂ ਤੇ ਜਿਹੜਾ ਆਪਾਂ ਹੁਣ ਜਿਵੇਂ ਤੁਸੀਂ ਪਨੀਰ ਦੱਸਿਆ ਤੇ ਪਨੀਰ ਵੀ ਆਪਾਂ ਬਣਾਉਣੇ ਆ। ਹਾਂ, ਪਨੀਰ ਵੀ ਆਪਾਂ ਬਣਾਉਣਾ। ਪਨੀਰ ਜਦੋਂ ਬਚ ਕੇ ਦੁੱਧ ਆਉਂਦਾ ਹਜੇ ਤੱਕ ਉਹਨਾਂ ਆਪਣੇ ਕੋਲ ਮਤਲਬ ਵੀ 1 ਤਰੀਕ ਤੋਂ ਸ਼ੁਰੂ ਕਰਿਆ, ਤੁਹਾਨੂੰ ਪਤਾ ਹੀ ਹੈ। ਅਤੇ ਹਜੇ ਆਪਣੇ ਕੋਲ ਦੁੱਧ ਦੀ ਲਾਗਤ ਜਿਵੇਂ 1 ਤਰੀਕ ਨੂੰ ਸਾਰੀ ਸੀਗੀ 2-2.5 ਕੁਇੰਟਲ ਦੀ ਪੂਰੇ ਦਿਨ ਦੀ, ਹੁਣ ਉਹ 6 ਕੁਇੰਟਲ ਦੀ ਲਾਗਤ ਹੋ ਗਈ। ਪਹਿਲੇ ਦਿਨ ਆਪਣੀ 2.5 ਕੁਇੰਟਲ ਸੀ, ਹੁਣ 6 ਕੁਇੰਟਲ ਦੀ ਲਾਗਤ ਆਪਣੀ ਦਿਨ ਦੀ। ਅਤੇ ਮੰਨ ਲਓ ਵੀ ਉਹ ਹਜੇ ਸਾਡੇ ਕੋਲ ਉਹਨਾਂ ਦੁੱਧ ਬਚਤੀ ਨਹੀਂ ਹੋ ਰਹੀਗੀ ਪੂਰਾ ਮੰਨ ਲਓ ਵੀ, ਅਤੇ ਜਦੋਂ ਹੁਣ ਕੋਈ 5-4 ਦਿਨਾਂ ਦੇ ਵਿੱਚ ਜਿਵੇਂ ਸਾਡੇ ਕੋਲ ਦੁੱਧ ਵਧੂਗਾ ਅਤੇ ਪਨੀਰ ਅਤੇ ਦਹੀਂ ਤਾਂ ਹੁਣ ਵੀ ਜਾਂਦਾ ਸਪਲਾਈ 'ਚ। ਅੱਛਾ, ਦਹੀਂ ਵੀ ਆਪਾਂ ਸਪਲਾਈ ਕਰਦੇ ਹਾਂ? ਹਾਂ, ਨਾਲ ਜਾਂਦਾ। ਅਤੇ ਇੱਕ ਬਾਈ ਜਿਵੇਂ ਤੁਸੀਂ ਹੁਣ ਪ੍ਰੋਡਕਟ ਦੱਸਿਆ ਨਾ ਆਪਣੇ ਵੀ ਪਨੀਰ ਵੀ ਆਪਣੇ ਅਤੇ ਦਹੀਂ ਵੀ ਹੈ, ਦੁੱਧ ਦੇ ਰਿਲੇਟਡ ਪ੍ਰੋਡਕਟ ਆਪਣੇ ਕੋਲ ਦੁੱਧ ਦੇ। ਹਾਂ, ਅਤੇ ਆਪਣੇ ਜਿਵੇਂ ਆਸੇ ਪਾਸੇ ਦੇ ਪਿੰਡਾਂ ਨੇ ਇਹ ਲੈਣੇ ਹੋਣ, ਤੁਸੀਂ ਉੱਧਰ ਵੀ ਸਪਲਾਈ ਕਰਦੇ ਹੋ? ਬਿਲਕੁਲ, ਸਪਲਾਈ ਕੀ ਉਹ ਤਾਂ ਇੱਥੋਂ ਮਤਲਬ ਵੀ ਆ ਕੇ ਬੰਦਾ ਖਰੀਦ ਸਕਦਾ ਜਾਂ ਫੋਨ ਕਰ ਲਏ ਆਪਾਂ ਨੂੰ। ਹਾਂ, ਤੁਸੀਂ ਨੰਬਰ ਦੱਸ ਦਿਓ ਵੀ ਤੁਹਾਡੇ ਨਾਲ ਸੰਪਰਕ ਕਿਵੇਂ ਕਰ ਸਕਦੇ। 98-80-65-66 ਇਹ ਨੰਬਰ ਹੈ। ਜੇ ਮਤਲਬ ਵੀ ਆਪਾਂ ਇੱਥੇ ਆ ਕੇ ਫੋਨ ਕਰਕੇ ਪੁੱਛ ਲਏ ਬਈ ਮਤਲਬ ਵੀ ਹੈਗਾ ਜਾਂ ਖਤਮ ਹੋਇਆ ਵਾ, ਜਿਵੇਂ ਸਵੇਰੇ ਨਿਕਲ ਜਾਂਦਾ ਪਨੀਰ ਵੀ ਨਿਕਲ ਜਾਂਦਾ, ਦਹੀਂ ਵੀ ਨਿਕਲ ਜਾਂਦਾ ਹੈ ਨਾ, ਅਤੇ ਆਹ ਮਟਰ ਵੀ ਪਏ ਹੁੰਦੇ ਲਗਭਗ, ਅਤੇ ਇਹਦੇ 'ਚ ਕੀ ਹੈ ਨਾਲੇ ਤਾਂ ਚਲੋ ਆਪਣੇ ਸਹੂਲਤ ਹੀ ਹੋ ਗਈ, ਪਿੰਡ ਨੂੰ ਵੀ ਸਹੂਲਤ ਹੋ ਗਈ ਹੈ ਨਾ, ਇੱਕ ਮੌਕੇ 'ਚ 24 ਘੰਟੇ ਦੁੱਧ ਰਹਿਣਾ ਆਪਣੇ ਕੋਲ। ਠੀਕ ਹੈ ਜੀ। ਜੇ ਕਿਸੇ ਦਾ ਕੁਦਰਤੀ ਖੱਟਾ ਹੋ ਜੇ ਜਾਂ ਕਿਸੇ ਦੀ ਮੱਝ ਗਾਂ ਨਾ ਮਿਲੇ, ਲੱਤ ਲੁੱਤ ਮਾਰ ਜੇ, ਤਾਂ ਫਿਰ ਇਹ ਆਪਣੇ ਕੋਲ 24 ਘੰਟੇ ਦੁੱਧ ਇੱਥੇ ਹੈਗਾ। ਦੁੱਧ ਵੀ ਹੈਗਾ, ਦਹੀਂ ਵੀ ਹੈਗੀ, ਪਨੀਰ ਵੀ ਹੈਗਾ। ਮੌਕੇ ਕਈ ਵਾਰੀ ਰਿਸ਼ਤੇਦਾਰ ਆ ਜਾਣ ਰਾਤ ਬਰਾਤ ਹਨੇਰੇ ਸਵੇਰੇ ਆ ਜਾਣ, ਹੈ ਨਾ, ਵੀ ਕੀ ਸਬਜ਼ੀ ਬਣਾਈਏ, ਤਾਂ ਚਲੋ ਬਈ ਉੱਥੋਂ। ਅਤੇ ਤੁਹਾਨੂੰ ਆਪਾਂ ਬਾਈ ਜੀ ਦਾ ਨੰਬਰ ਦੇਤਾ, ਅਤੇ ਲੋਕੇਸ਼ਨ ਮੈਂ ਤੁਹਾਨੂੰ ਦੱਸਦਾ ਵੀ ਇਹ ਜਿਹੜਾ ਪਲਾਂਟ ਹੈ, ਪਲਾਂਟ ਕਹਿ ਸਕਦੇ ਬਾਈ, ਪਲਾਂਟ ਹੀ ਕਹਿ ਸਕਦੇ ਹਾਂ। ਅਤੇ ਪਲਾਂਟ ਹੈ ਇਹ ਪਿੰਡ 3 ਚੱਕ ਦੇ ਵਿੱਚ ਹੈ, ਅਤੇ ਆਪਣੀ ਪੰਚਾਇਤ ਹੈ ਜਿਹੜੀ ਰਾਮਸਰਾ ਜਾਫਰਾ ਲੱਗਦੀ ਹੈ, ਤਹਿਸੀਲ ਸੂਰਤਗੜ੍ਹ ਹੈ। ਅਤੇ ਅੱਗੇ ਵੀ ਅਸੀਂ ਇਹਨੂੰ ਹੋਰ ਵਧਾ ਕੇ ਲੈ ਕੇ ਚੱਲਾਂਗੇ, ਜਿਵੇਂ ਗਾਂ ਸਿਆਲਾਂ 'ਚ ਦੁੱਧ ਸਾਡੇ ਕੋਲ ਪੂਰਾ ਹੋਜੂਗਾ, ਅਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਆਪਣੇ ਮਤਲਬ ਪ੍ਰੋਡਕਟ ਹੋਰ ਵਧਾਈਏ, ਜਿਵੇਂ ਕੋਈ ਦੁੱਧ ਤੋਂ ਬਣੀਆਂ ਹੋਈਆਂ ਮਿਠਾਈਆਂ, ਬਰਫੀ ਹੋ ਗਈ, ਖੋ ਆਈਸਕ੍ਰੀਮ ਵਗੈਰਾ, ਆਈਸਕ੍ਰੀਮ ਵਗੈਰਾ ਹੋ ਗਿਆ, ਜਿੰਨੇ ਵੀ ਮਤਲਬ ਜਿੰਨੀ ਕੁ ਪਹੁੰਚ ਹੋਈ। ਕੋਸ਼ਿਸ਼ ਇਹ ਹੈ, ਬਾਕੀ ਤਾਂ ਵਾਹਿਗੁਰੂ ਨੂੰ ਪਤਾ ਵੀ ਕਿੱਥੋਂ ਕੀ ਕਰਨਾ, ਕੋਸ਼ਿਸ਼ ਹੈ ਵੀ ਆਪਾਂ ਵਧਾਵਾਂਗੇ, ਅਤੇ ਇਹ ਵੀ ਦੁੱਧ ਵੀ ਪੂਰਾ ਵਧਾਵਾਂਗੇ ਵੀ, ਕੋਸ਼ਿਸ਼ ਹੈ ਇਹਨੂੰ ਵੀ ਮਤਲਬ 1000 ਲੀਟਰ ਦੀ ਸਪਲਾਈ 'ਤੇ ਕਰਾਂਗੇ, ਮਤਲਬ ਦਿਨ ਦੀ 1000 ਲੀਟਰ ਦੀ ਸਪਲਾਈ ਦੀ ਸੋਚ, ਹੁਣ ਤਾਂ ਸੋਚ ਐਡੀ ਹੈ, ਬਾਕੀ 700 ਲੀਟਰ ਦੀ ਆਪਣੇ ਕੋਲ ਕਲੈਕਸ਼ਨ ਹੈਗੀ, ਜੇ 700 ਲੀਟਰ ਤੱਕ ਵੀ ਹੋ ਗਿਆ 1400 ਲੀਟਰ ਡੇਲੀ ਦਾ ਦੁੱਧ ਦੀ ਸਪਲਾਈ ਬਹੁਤ ਹੁੰਦੀ ਹੈ। ਸਹੀ ਹੈ। ਅਤੇ ਬਾਕੀ ਇੱਕ ਮਤਲਬ ਗੱਡੀ ਇਹ ਹੋ ਗਿਆ, ਇਹ ਸਾਰਾ 6-7 ਲੱਖ ਰੁਪਈਆ ਸਾਡਾ ਇਹਦੇ ਵਿੱਚ ਇਨਵੈਸਟ ਹੋਇਆ। ਹਾਂ ਵੀ ਮੈਂ ਖਰਚੇ ਦੀ ਗੱਲ ਕਰਦਾ ਸੀ ਵੀ ਆਪਾਂ ਇਹ ਪਲਾਂਟ ਸ਼ੁਰੂ ਕੀਤਾ ਹੈ ਨਾ, ਇਹਦਾ ਸਾਰਾ ਟੋਟਲ ਖਰਚਾ ਕਿੰਨਾ ਆ ਗਿਆ? ਇੱਕ ਮਿੰਟ, ਇਹਦੀਆਂ ਜ਼ਰੂਰਤਾਂ ਕੀ ਕੀ ਸੀਗੀਆਂ ਆਪਾਂ ਨੂੰ, ਜਿਵੇਂ ਤੁਸੀਂ ਆਹ 2 ਟੈਂਕੀਆਂ ਕਿਹਾ ਵੀ ਅਸੀਂ ਇਹ ਲਿਆਏ, ਹੈ ਨਾ, ਸਾਰਾ ਕੁਛ ਦੱਸੋ। ਇੱਕ ਆਪਣੇ ਕੋਲ ਜਿਹੜਾ ਟੈਂਕ ਆ ਦੁੱਧ ਵਾਲਾ 1000 ਲੀਟਰ ਦਾ, ਉਹ 500-500 ਲੀਟਰ ਦੇ 2 ਗੈਪ ਅਤੇ ਮੱਝਾਂ ਗਾਵਾਂ ਵਾਲਾ, ਉਹ ਜਿਹੜਾ ਏਟੀਐਮ ਤੁਸੀਂ ਕਹਿੰਦੇ? ਹਾਂ, ਏਟੀਐਮ ਉਹ ਥਰਮੋਸ ਸਿਸਟਮ ਹੁੰਦਾ, ਉਹਦੇ ਵਿੱਚ ਹੁਣ ਜੇ ਆਪਾਂ 4 ਡਿਗਰੀ ਵਾਲਾ ਪਾਤਾ ਤਾਂ 4 ਡਿਗਰੀ ਵਾਲਾ ਉਹ 4 ਡਿਗਰੀ ਖੜਾ ਰਹੂਗਾ, ਜਿਵੇਂ ਆਪਣੇ ਚਾਹ ਵਾਲਾ ਥਰਮੋਸ ਹੁੰਦਾ,
ਤੇ ਉਹ ਉਨਾ ਹੀ ਪਿਆ ਰਹੂਗਾ ਤੇ ਉਹ ਮਤਲਬ ਖਰਾਬ ਨਹੀਂ ਹੁੰਦਾ ਜਦੋਂ ਉਹ ਆਪਣੇ ਕਿੰਨੇ ਕੁ ਦਾ ਖਰਚਾ ਆਇਆ ਉਸ ਉਹ ਆਪਾਂ ਨੂੰ ਮਤਲਬ ਸੈਕਿੰਡ ਹੈਂਡ ਲਿਆ ਲੱਖ ਰੁਪਏ ਦਾ ਲਿਆ ਅੱਛਾ ਉਹ ਇਕੱਲਾ ਉਹ ਇਕੱਲਾ ਉਹ ਤੇ ਜਿਹੜਾ ਵਹੀਕਲ ਆ ਉਹ ਅਲੱਗ ਤੋਂ ਆ ਵਹੀਕਲ ਅੱਡ ਹੈ ਠੀਕ ਹੈ ਤੇ ਆਹ ਲੱਖ ਲੱਖ ਸਵਾ ਸਵਾ ਲੱਖ ਦੀਆਂ ਦੋ ਮਸ਼ੀਨਾਂ ਆਊਗਾ ਡੀ ਫਰਿੱਜ ਹੋ ਗਈ ਨਹੀਂ ਇਹ ਨਵੀਆਂ ਲੱਖ ਲੱਖ ਦੀਆਂ ਨਹੀਂ ਇਹ ਸੈਕਿੰਡ ਹੈਂਡ ਹੀ ਲੈਂਗੇ ਆਪਾਂ ਅੱਛਾ ਇਹ ਵੀ ਆਪਾਂ ਸੈਕਿੰਡ ਹੈਂਡ ਲੈਂਗੇ ਸਮਾਨ ਸਾਰਾ ਸੈਕਿੰਡ ਹੈਂਡ ਚੱਲਦਾ ਚਲਾਉਂਦਾ ਫੜਿਆ ਕਿਸੇ ਫੌਜੀ ਦੇ ਕੋਲ ਸੀਗਾ ਅਤੇ ਉਹਨਾਂ ਦਾ ਕੰਮ ਚੱਲੀ ਜਾਂਦਾ ਸੀ ਉਹ ਆਉਂਦੇ ਯਾਰ ਮੈਂ ਦੇਣਾ ਅਤੇ ਅਸੀਂ ਫਿਰ ਤਿੰਨ ਜਣਿਆਂ ਨੇ ਗੱਲਬਾਤ ਕਰਕੇ ਪਾਰਟਨਰਸ਼ਿਪ 'ਚ ਸਾਰਾ ਸਮਾਨ ਲੈ ਲਿਆ ਵੀ ਸਾਰਾ ਆਪਣਾ ਖਰਚਾ ਕਿੰਨੇ ਦੱਸਿਆ ਤੁਸੀਂ ਸਮਾਨ ਲਗਭਗ 7 ਲੱਖ ਰੁਪਏ ਖਰਚਾ 7 ਲੱਖ ਰੁਪਏ ਸ਼ੁਰੂ ਬਿਨਾਂ ਇਕੱਲੇ ਸਮਾਨ ਸਮਾਨ 'ਤੇ ਲਗਭਗ ਇਹ ਜਿਵੇਂ ਹੁਣ ਆਪਣੇ ਡੇਅਰੀ ਫਾਰਮ ਹੈਗੇ ਜਿਹਨਾਂ ਡੇਅਰੀ ਫਾਰਮਾਂ ਕੋਲ ਆਪਦਾ ਹੀ ਹੁਣ 150-200 ਲੀਟਰ ਦੁੱਧ ਹੈ ਬਈ ਉਹ ਆਪਦੀ ਸਪਲਾਈ ਕਰਨ ਦੀ ਸਪਲਾਈ ਜ਼ਰੂਰੀ ਆ ਹਨਾ ਜੇ ਆਪਾਂ ਆਪਦੇ ਦੁੱਧ ਦੀ ਸਪਲਾਈ ਜੇ ਵੇਖੋ ਆਪਣੇ ਤੋਂ ਲਿਜਾ ਕੇ ਬੰਦਾ ਕਮਾਈ ਕਰੀ ਜਾਂਦਾ ਹਨਾ ਤੇ ਆਪਾਂ ਕਿਉਂ ਨਹੀਂ ਕਰ ਸਕਦੇ ਸਹੀ ਗੱਲ ਹੈ ਸਾਡੀ ਸੋਚ ਤਾਂ ਹੁਣ ਚਲੋ ਠੀਕ ਆ ਆਪਾਂ ਪਿੰਡ 'ਚੋਂ ਵੀ ਦੁੱਧ ਕਲੈਕਸ਼ਨ ਕਰਦੇ ਹਾਂ ਜਿੰਨਾ ਜਿੰਨਾ ਭਰਾਵਾਂ ਤੋਂ ਲੈਂਦੇ ਹਾਂ ਪਰ ਸਾਡੀ ਸੋਚ ਸੀ ਵੀ ਅਸੀਂ ਆਪਦਾ ਦੁੱਧ ਹੀ ਅਸੀਂ ਵਧਾ ਕੇ ਕੋਸ਼ਿਸ਼ ਕਰਾਂਗੇ ਅਤੇ ਆਪਦਾ ਦੁੱਧ ਹੀ ਅਸੀਂ ਵੇਚਾਂਗੇ ਜ਼ਿਆਦਾ ਤੋਂ ਜ਼ਿਆਦਾ ਉਹ 'ਚ ਕੀ ਆਪਾਂ ਆਪਦੀ ਸ਼ੁੱਧਤਾ ਦੀ ਗਰੰਟੀ ਦੇ ਸਕਦੇ ਵੀ ਸਾਡਾ ਦੁੱਧ ਸ਼ੁੱਧ ਹੈ ਬਿਨਾਂ ਆਹ ਗੱਲ ਆਪਾਂ ਪਹਿਲਾਂ ਦੱਸੀ ਨਹੀਂ ਵੀ ਆਪਣੇ ਦਰਸ਼ਕਾਂ ਨੂੰ ਵੀ ਆਹ ਬਾਈ ਜੀ ਹੋਰਾਂ ਦੀ ਆਪਦੀ ਡੇਅਰੀ ਹੈ ਆਪਦੇ ਜਿਹੜਾ ਉਹਨਾਂ ਦੀ ਡੇਅਰੀ ਦੇ ਵਿੱਚ ਦੁੱਧ ਹੁੰਦਾ ਆਪ ਜਿਹੜਾ ਆਪ ਘਰੋਂ ਚੋ ਕੇ ਲਿਆਉਂਦੇ ਆ ਉਹੀ ਇੱਥੇ ਆ ਕੇ ਸਟੋਰ ਕਰਦੇ ਆ ਮੇਨ ਉਹੀ ਦੁੱਧ ਹੁੰਦਾ ਤੇ ਬਾਕੀ ਆਪਾਂ ਪਿੰਡ 'ਚੋਂ ਵੀ ਕਲੈਕਸ਼ਨ ਕਰਦੇ ਹਾਂ ਕਹਿਣ ਦੀ ਗੱਲ ਐਵੇਂ ਆ ਹਨਾ ਪਿੰਡ 'ਚੋਂ ਵੀ ਕਰਦੇ ਆ ਉਹਨਾਂ ਨੂੰ ਵੀ ਕੋਸ਼ਿਸ਼ ਇਹ ਕਰੀ ਆ ਵੀ ਜਿਹਨਾਂ ਦਾ 36-37 ਲੱਗੀ ਜਾਂਦਾ ਸੀ ਉਹਨਾਂ ਨੂੰ 2-2.5 ਰੁਪਏ 3 ਰੁਪਏ ਵਧਾ ਕੇ ਆਪਾਂ ਮਤਲਬ ਵਧੀਆ ਰੇਟ ਦੇਣ ਦੀ ਕੋਈ ਕਿ ਅਸੀਂ ਸਾਡੀ ਕੋਸ਼ਿਸ਼ ਇਹ ਹੈ ਵੀ ਜਿਹੜਾ ਬੰਦਾ ਪਸ਼ੂਆਂ ਦਾ ਕੰਮ ਕਰਦਾ ਨਾ ਉਹ ਕੱਲ੍ਹ ਨੂੰ ਆਏ ਨਾ ਹੋ ਜਾਵੇ ਵੀ ਅਸੀਂ ਪਸ਼ੂਆਂ ਦਾ ਕੰਮ ਕਰਦੇ ਜੀ ਪਸ਼ੂਆਂ ਦਾ ਕੰਮ ਹੈ ਨਹੀਂ ਐਡਾ ਦੁੱਧ ਦੇ ਰੇਟ ਹੈ ਨਹੀਂ ਹੈ ਨਾ ਅਤੇ ਉਸ ਰੇਟਾਂ ਨੂੰ ਹੁਣ ਵੇਖਦੇ ਹੁਣ ਅਸੀਂ ਕੰਪੀਟੀਸ਼ਨ 'ਚ ਆ ਗਏ ਅੱਗੇ ਅਤੇ ਹੁਣ ਸਾਰੀਆਂ ਡੇਅਰੀਆਂ ਵਾਲਿਆਂ ਨੇ ਵੀ ਰੇਟ ਵਧਾਉਣੇ ਸ਼ੁਰੂ ਕਰਤੇ ਜਿਹੜੇ ਇੱਥੋਂ ਦੁੱਧ ਹੀ ਲੈ ਕੇ ਜਾਂਦੇ ਆ ਜਾਂ ਕੋਈ ਹੋਰ ਡੇਅਰੀਆਂ ਵਾਲੇ ਲੈ ਕੇ ਜਾਂਦੇ ਆ ਕਲੈਕਸ਼ਨ ਕਰਦੇ ਜਿਹੜੇ ਉਹਨਾਂ ਨੇ ਵੀ ਥੋੜ੍ਹੇ ਥੋੜ੍ਹੇ ਰੇਟ ਪੂਰੇ ਮਤਲਬ ਵੀ ਹੁਣ ਕੰਪੀਟੀਸ਼ਨ ਦਾ ਦੌਰ ਜੇ ਉਦੋਂ ਰੇਟ ਵੱਧਦਾ ਐਵੇਂ ਨਹੀਂ ਵੱਧਦਾ ਹੈਗਾ ਹੁਣ ਆਪਾਂ ਨੂੰ ਤਾਂ ਇਹ ਕੋਸ਼ਿਸ਼ ਇਹ ਹੈ ਵੀ ਚਲੋ ਆਪਣਾ ਦੁੱਧ ਵਧੀਆ ਰੇਟ 'ਤੇ ਲੱਗੀ ਜਾਂਦਾ ਹੈ ਨਾ ਦੂਜੇ ਦੇ ਰੇਟ 'ਤੇ ਹੁਣ ਇੱਥੇ ਖਰਚਾ ਵੀ ਆਉਂਦਾ ਅਕਸਰ 2 AC ਚੱਲਦੇ ਆ ਲਾਈਟ ਦਾ ਖਰਚਾ ਫਿਰ ਤੇਲ ਦਾ ਡੀਜ਼ਲ ਦਾ ਖਰਚਾ ਖਰਚਾ ਤਾਂ ਆਉਂਦਾ ਪਰ ਆਪਾਂ ਇਹ ਨੇ ਵੀ ਚਲੋ ਕਿਸੇ ਨੂੰ ਸਹੀ ਰੇਟ ਮਿਲੇ ਅਤੇ ਆਪਾਂ ਨੂੰ ਆਪਦੇ ਦੁੱਧ ਦਾ ਰੇਟ ਵਧੀਆ ਮਿਲੀ ਜਾਂਦਾ ਬਾਕੀ ਇਹਨਾਂ ਦੇ ਵਿੱਚ ਜਿਹੜਾ 90% ਮਿਲਕ ਆ ਉਹ ਤੁਹਾਡੀ ਆਪਦੀ ਡੇਅਰੀ ਦਾ 90 ਤੋਂ ਹਾਂ 90% 90% ਆਪਾਂ ਲਾ ਲੈਂਦੇ ਹਾਂ ਵੀ 90% ਹੋ ਵਧਣਾ ਹੀ ਅੱਗੇ ਵਧਣਾ ਹੀ ਹੈ ਜਿਵੇਂ ਜਿਵੇਂ ਹੁਣ ਗਾਵਾਂ ਸੂਣ ਵਾਲੀਆਂ ਹੋਣਗੀਆਂ ਜਾਂ ਹੋਰ ਨਵੀਆਂ ਗਾਵਾਂ ਪਾਵਾਂਗੇ 9ਵੇਂ ਮਹੀਨੇ 'ਚ ਪਾਵਾਂਗੇ ਹੋਰ ਵਧਾਵਾਂਗੇ ਦੁੱਧ ਜਦੋਂ ਕੰਮ ਹੀ ਦੁੱਧ ਦਾ ਕਰਨਾ ਹੁਣ ਵਾਹੀ ਵਾਲੇ ਕੰਮ ਥੋੜ੍ਹੇ ਜਿਹੇ ਨਹੀਂ ਬਾਕੀ ਪਤਾ ਕੀ ਹੁੰਦਾ ਵੀ ਆਪਣੇ ਆਪਾਂ ਪਹਿਲਾਂ ਕੰਮ ਤਾਂ ਸ਼ੁਰੂ ਕਰ ਲੈਂਦੇ ਸੀ ਆਪਾਂ ਨੂੰ ਆਪਦਾ ਪ੍ਰੋਡਕਟ ਵੇਚਣਾ ਨਹੀਂ ਆਉਂਦਾ ਤਰੀਕਾ ਨਹੀਂ ਸੀਗਾ ਤਰੀਕਾ ਨਹੀਂ ਸੀ ਉੱਥੋਂ ਆਪਾਂ ਮਾਰ ਖਾ ਜਾਂਦੇ ਸੀ ਇਹਨੂੰ ਅੱਗੇ ਵਧਾਵਾਂਗੇ ਹੁਣ ਜਿਵੇਂ ਬਾਜ਼ਾਰ 'ਚ ਸਪਲਾਈ ਦਾ ਜੇ ਆਪਣਾ ਵਧੀਆ ਇਹ ਕੰਮ ਚੱਲ ਪਿਆ ਫਿਰ ਆਪਾਂ ਇੱਕ ਟੈਂਕ ਹੋਰ ਲੈ ਕੇ ਜਿਵੇਂ ਇੱਥੇ ਵੀ ਇੱਕ ਹੋਰ ਲੈ ਕੇ ਅਤੇ ਜਿਵੇਂ ਬਾਜ਼ਾਰ 'ਚ ਹੈ ਜਾਂ ਏਅਰਫੋਰਸ ਹੈ ਜਾਂ ਕਿਤੇ ਹੋਰ ਵੀ ਲੋਕਲ ਹੈ ਜਿੱਥੇ ਵੀ ਕੋਸ਼ਿਸ਼ ਕਰਾਂਗੇ ਵੀ ਇਹਨੂੰ ਵਧਾਉਣਾ ਹੈ ਆਪਾਂ ਘਟਾਉਣਾ ਨਹੀਂ ਵਧਾਉਣਾ ਹੈ ਠੀਕ ਹੈ ਤੇ ਆਪਾਂ ਵਿਆਹ ਸ਼ਾਦੀਆਂ 'ਚ ਵੀ ਸਪਲਾਈ ਹਾਂ ਵਿਆਹ ਸ਼ਾਦੀਆਂ 'ਚ ਵੀ ਮਤਲਬ ਲਿਆ ਕਰਾਂਗੇ ਔਡਰ ਹਜੇ ਮਤਲਬ ਵੀ ਜਿਵੇਂ ਵੀ ਕੋਈ ਬਣਦੀ ਹੈ ਕਰਿਆ ਕਰਾਂਗੇ ਪੂਰੀ ਦੁਕਾਨ ਸਿਸਟਮ ਹੀ ਕਰਨਾ ਇਹਨੂੰ ਯਾਰ ਅਤੇ ਬਾਕੀ ਬਈ ਤੁਸੀਂ ਦੇਖ ਸਕਦੇ ਹੋ ਵੀ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਇੱਥੇ ਦੁੱਧ ਹੁੰਦਾ ਵੀ ਮੈਂ ਉਵੇਂ ਜਾਣ ਬੁੱਝ ਕੇ ਨਹੀਂ ਇਹ ਗੱਲ ਕਹਿੰਦਾ ਮੈਂ ਇੱਥੇ ਖੁਦ ਵੇਖਿਆ ਹੈ ਨਾ ਵੀ ਇੱਥੇ ਅਨਟੱਚ ਚੀਜ਼ ਹੁੰਦੀ ਹੈ ਉੱਤੋਂ ਇਹ ਬਣਦਾ ਹੁਣ ਤੁਸੀਂ ਡੇਅਰੀਆਂ ਬਹੁਤ ਡੇਅਰੀਆਂ ਵੇਖੀਆਂ ਹੋਣੀਆਂ ਗੱਡੀਆਂ ਵਾਲੇ ਵੀ ਦੇਖੇ ਹੋਣੇ ਆ ਕੈਨ ਕੂਣ ਧੋਤੇ ਨਹੀਂ ਹੁੰਦੇ ਉਵੇਂ ਬੰਦ ਹੁੰਦੇ ਉੱਤੋਂ ਕਈ ਵਾਰੀ ਅਤੇ ਪਾਣੀ ਵੀ ਆਪਾਂ ਦੇਖਿਆ ਕਈ ਵਾਰੀ ਕੈਨ ਗਿੱਲੇ ਕਰਨ ਵਾਲੇ ਜਿਹੜਾ ਪਾਣੀ ਹੁੰਦਾ ਗੰਦਾ ਪਾਣੀ ਵਿੱਚ ਬੋਰੀਆਂ ਭਿਉਂ ਕੇ ਉਹ ਵੀ ਉਹ ਉੱਤੇ ਉਹਨਾਂ ਦੇ ਰੱਖਦੇ ਵੀ ਕਿਤੇ ਦੁੱਧ ਖਰਾਬ ਨਾ ਹੋ ਜਾਏ ਪਰ ਉਹ ਪਾਣੀ ਨਹੀਂ ਵੇਖਦੇ ਵੀ ਪਾਣੀ ਕਿਹੋ ਜਿਹਾ ਪਰ ਇੱਥੇ ਉਹ ਜੀ ਕੋਈ ਗੱਲ ਨਹੀਂ ਸਾਰਾ ਆਟੋਮੈਟਿਕ ਸਿਸਟਮ ਹੈ ਟੈਂਪਰੇਚਰ ਇਹਦਾ ਆਪੇ ਡਾਊਨ ਹੁੰਦਾ 4 ਡਿਗਰੀ ਸੈਲਸੀਅਸ 'ਤੇ ਕਰਕੇ ਰੱਖਿਆ ਵਾ ਅਤੇ ਉੱਤੋਂ ਇਹ ਬੰਦ ਹੈ ਅਤੇ ਜਿੰਨਾ ਵੀ ਇਹਦੇ ਵਿੱਚ ਦੁੱਧ ਜਾਂਦਾ ਸਾਰਾ ਪੁਣ ਕੇ ਜਾਂਦਾ ਸਾਫ਼ ਸੁਥਰਾ ਦੇਣ ਦੀ ਕੋਸ਼ਿਸ਼ ਹੀ ਕਰਦੇ ਹਾਂ ਜਿੰਨਾ ਵੀ ਅਗਲੇ ਕੋਲ ਵਧੀਆ ਜਾਵੇ ਵੀ ਆਪਾਂ ਵਧੀਆ ਪੀਨੇ ਤਾਂ ਅਗਲਾ ਵੀ ਵਧੀਆ ਪੀਵੇ ਹਨਾ ਪੈਸੇ ਦਿੰਦਾ ਅਗਲਾ ਆਪਾਂ ਪੈਸੇ ਹੈ 2 ਰੁਪਏ ਵੱਧ ਲੈ ਲਓ ਪਰ ਉਹਦੇ ਵਿੱਚ ਮਿਲਾਵਟ ਨਾ ਕਰੋ ਬਾਕੀ ਅੱਜ ਕੱਲ੍ਹ ਕਿਸੇ ਦੇ ਹੋਰਾਂ ਦੇ ਬੱਚਿਆਂ ਨੇ ਵੀ ਪੀਣਾ ਹੈ ਆਪਣੇ ਬੱਚੇ ਜਿਹੋ ਜਿਹੇ ਆਪਾਂ ਨੂੰ ਆਪਣੇ ਬੱਚੇ ਹੈ ਉਹ ਜੇ ਦੂਜਿਆਂ ਨੂੰ ਉਹਨਾਂ ਦੇ ਬੱਚੇ ਹੈ ਨਾ ਅਤੇ ਕਿਸੇ ਨੂੰ ਮਿਲਾਵਟੀ ਦੁੱਧ ਨਾ ਦਿਓ ਰੁਪਈਆ ਕਰੜਾ ਲੈ ਲਓ ਕੋਈ ਚੱਕਰ ਨਹੀਂ ਗਾ ਪਰ ਕਿਸੇ ਨੂੰ ਮਿਲਾਵਟੀ ਦੁੱਧ ਨਾ ਦਿਓ ਹਾਂ ਉਹੀ ਆਪਾਂ ਗੱਲ ਕੀਤੀ ਹੈ ਵੀ ਜੇ ਕਿਸੇ ਨੇ ਸ਼ੁੱਧ ਪ੍ਰੋਡਕਟ ਖਰੀਦਣਾ ਹੈ ਉਹ ਇੱਥੇ ਆ ਕੇ ਆਪਣੇ ਨਾਲ ਸੰਪਰਕ ਕਰ ਸਕਦਾ ਬਿਲਕੁਲ ਬਿਲਕੁਲ ਤੇ ਸ਼ੁੱਧਤਾ ਦੀ ਆਪਣੀ ਪੂਰੀ ਗਰੰਟੀ ਹੈ ਤੇ ਬਾਕੀ ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਕੀਤੀ ਹੈ ਤੇ ਤੁਹਾਨੂੰ ਸਭ ਕੁਛ ਇਸ ਮਿਲਕ ਪਲਾਂਟ ਬਾਰੇ ਇਹਦੇ ਖਰਚੇ ਬਾਰੇ ਡੇਅਰੀ ਫਾਰਮ ਬਾਰੇ ਪਤਾ ਲੱਗ ਗਿਆ ਹੋਣਾ ਤੇ ਬਾਈ ਹੋਰਾਂ ਦੇ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਣੇ ਆ ਤੁਸੀਂ ਕਦੇ ਵੀ ਫੋਨ ਕਦੋਂ ਵੀ ਫੋਨ ਕਰਕੇ
कोई भी प्रोडक्ट मंगवाना चाहते हो या कोई जानकारी लेना चाहते हो वो गलबात कर सकते हो। तो उम्मीद करते हैं भी थोड़ा यह वीडियो वधिया लगी होनी है, वधिया लगे तो शेयर जरूर करो, कमेंट करके जरूर दस्या करो भी वीडियो दे विच की चीज़ मिस हो गई, थोड़ा कोई कमी लगती है। तो चैनल में सबसक्राइब करके घंटी वाला बटन जरूर नप्या करो, नैक्सट वीडियो थोड़े को सब तो पहला पहुँचनी है वह करके। तो बाकी धन्यवाद जी सारे का, धन्यवाद जी।